ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਅੱਜ ਕਿਸੇ ਅਨਦਸੀ ਥਾਂ ਉੱਪਰ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਪਾਸ ਕੀਤੇ ਗਏ ਮਤ ਤੇ ਹੋਈ ਵਿਚਾਰ ਚਰਚਾ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਮੀਟਿੰਗ ਵਿੱਚ ਕਣਕ ਦੀ ਫਸਲ ਦੀ ਮੰਡੀਆਂ ਵਿੱਚ ਪਾਸ ਜਾਰੀ ਕਰਨ ਦੇ ਬੋਝਲ ਸਿਸਟਮ ਰਾਹੀਂ ਹੋ ਰਹੀ ਖੱਜਲ ਖੁਆਰੀ, ਕੈਪਟਨ ਸਰਕਾਰ ਦੇ ਪ੍ਰਬੰਧਾਂ ਦੀ ਖੁੱਲ੍ਹ ਰਹੀ ਪੋਲ ਦੇ ਕੇਂਦਰ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਖੇਤੀ ਉਤਪਾਦਨ ਮਾਰਕੀਟ ਕਮੇਟੀ ਦੇ ਐਕਟ ਵਿੱਚ ਸੋਧਾ ਕਰਕੇ ਖੇਤੀ ਮੰਡੀ ਤੋੜਨ, ਕਾਰਪੋਰੇਟ ਕੰਪਨੀ ਨੂੰ ਨਿੱਜੀ ਮੰਡੀਆਂ ਦੇ ਸਾਈਲੋ ਗੋਦਾਮ ਬਣਾਉਣ ਦੀ ਖੁੱਲ੍ਹ ਦੇਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ 28, 29, 30 ਅਪ੍ਰੈਲ ਨੂੰ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਭਰ ਦੇ ਹਜ਼ਾਰਾਂ ਪਿੰਡਾਂ ਵਿੱਚ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਦੀਆਂ ਤਿਆਰੀਆਂ ਮੁਕੰਮਲ ਕਰਨ ਦੀਆਂ ਜ਼ਿਲ੍ਹਿਆਂ ਤੋਂ ਆਈਆਂ ਰਿਪੋਰਟਾਂ ਦਾ ਜਾਇਜ਼ਾ ਲਿਆ ਅਤੇ ਐਲਾਨ ਕੀਤਾ ਕਿ ਇਸ ਰੋਸ ਮੁਜ਼ਾਹਰਿਆਂ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ ਅਤੇ ਮੰਗ ਕਰਨਗੇ ਕਿ ਮੋਦੀ ਸਰਕਾਰ APMC ਐਕਟ ਵਿੱਚ ਕੀਤੀਆਂ ਗਈਆਂ ਸੋਧਾਂ ਲਾਗੂ ਕਰਨ ਦਾ ਫੈਸਲਾ ਰੱਦ ਕਰੇ। ਕਣਕ ਦੀ ਫਸਲ ਉੱਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਪੰਜਾਬ ਸਰਕਾਰ ਕੋਵਿਡ-19 ਦੇ ਚੱਲਦਿਆਂ ਕਣਕ ਦੀ ਖਰੀਦ ਸੰਬੰਧੀ ਕਿਸਾਨਾਂ ਨੂੰ ਪਾਸ ਜਾਰੀ ਕਰਨ ਦੀ ਫੇਲ ਹੋ ਚੁੱਕੀ ਪ੍ਰਣਾਲੀ ਰੱਦ ਕਰੇ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਵਿੱਚ ਇੱਕ ਪਿੰਡ ਦੀ ਇੱਕ ਮੰਡੀ ਵਿੱਚ ਖਰੀਦ ਕਰਨ ਦੀ ਪ੍ਰਣਾਲੀ ਵੀ ਤਰਾਤਰ ਉੱਤੇ ਪਹਿਲੇ ਫੈਸਲਾ ਵਾਂਗ ਲਾਗੂ ਨਹੀਂ ਹੋਵੇਗੀ। ਇਸ ਨੂੰ ਰੱਦ ਕਰ ਦਿੱਤਾ ਜਾਵੇ ਅਤੇ ਬਾਰਦਾਨਾ ਸਿੱਧਾ ਕਿਸਾਨਾਂ ਨੂੰ ਦੇ ਕੇ ਪਿੰਡਾਂ ਵਿੱਚੋਂ ਕਣਕ ਦੀ ਤੁਲਾਈ ਅਤੇ ਚੁਕਾਈ ਕਰਵਾਈ ਜਾਵੇ। ਸੂਬਿਆਂ ਦੇ ਬਿਜਲੀ ਰੈਗੂਲੇਟਰੀ ਕਮਿਸ਼ਨਾਂ ਦੇ ਅਧਿਕਾਰ ਖੋਣ ਲਈ ਕੇਂਦਰ ਸਰਕਾਰ ਵੱਲੋਂ ਬਿਜਲੀ ਕੰਟਰੈਕਟਰ ਇੰਫੋਰਸਮੈਂਟ ਅਥਾਰਟੀ ਐਕਟ 2020 ਬਣਾ ਕੇ ਬਿਜਲੀ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਦੇਣ ਦਾ ਕੀਤਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ। ਕਿਸਾਨਾਂ ਮਜ਼ਦੂਰਾਂ ਨੂੰ ਕੁੱਲ ਘਰੇਲੂ ਉਤਪਾਦ ਦਾ 10% ਲਗਭਗ 10 ਲੱਖ ਕਰੋੜ ਦਾ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਅਤੇ 42 ਕਰੋੜ ਬੇਰੁਜ਼ਗਾਰ ਹੋ ਚੁੱਕੇ ਕਾਮਿਆਂ ਨੂੰ 10,000 ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਦਿੱਤਾ ਜਾਵੇ ਅਤੇ 85% 30 ਰੁਪਏ ਨਾਲ ਰੋਜ਼ ਦਾ ਗੁਜ਼ਾਰਾ ਕਰੇ ਗਰੀਬੀ ਰੇਖਾ ਤੋਂ ਹੇਠਾਂ ਦੀ ਜਨਤਾ ਨੂੰ 4 ਲੱਖ ਟਨ ਅਨਾਜ ਤੁਰੰਤ ਮੁਫ਼ਤ ਦਿੱਤਾ ਜਾਵੇ। ਕਿਸਾਨ ਆਗੂ ਨੇ ਅੱਗੇ ਦੱਸਿਆ ਕਿ ਇੱਕ ਹੋਰ ਮਤੇ ਰਾਹੀਂ ਮੰਗ ਕੀਤੀ ਕਿ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਦੇ ਕਿੱਤੇ ਨਾਲ ਸੰਬੰਧਿਤ ਸਾਰੇ ਕੰਮਾਂ ਨੂੰ ਮਨਰੇਗਾ ਕਾਨੂੰਨ ਵਿੱਚ ਸੋਧ ਕਰਕੇ ਸ਼ਾਮਲ ਕੀਤਾ ਜਾਵੇ। 365 ਦਿਨ ਕੰਮ ਦੀ ਗਾਰੰਟੀ ਅਤੇ ਦਿਹਾੜੀ ਦੁੱਗਣੀ ਕੀਤੀ ਜਾਵੇ ਅਤੇ ਇਸ ਦਾਇਰੇ ਵਿੱਚ ਆਉਂਦੇ ਸਾਰੇ ਕਿਸਾਨਾਂ ਦੇ ਜਾਬ ਕਾਰਡ ਬਗੈਰ ਕਿਸੇ ਵਿਤਕਰੇ ਦੇ ਬਣਾਏ ਜਾਣ। ਪਿੰਡਾਂ ਵਿੱਚ ਗ੍ਰਾਮ ਸਭਾ ਦਾ ਇਜਲਾਸ ਸਾਲ ਵਿੱਚ 2 ਵਾਰ ਯਕੀਨੀ ਬਣਾਇਆ ਜਾਵੇ। ਕਾਨੂੰਨ ਦੇ ਮੁਤਾਬਕ 29 ਵਿਭਾਗਾਂ ਦਾ ਕੰਮ ਅਤੇ ਸੂਬੇ ਦਾ 40% ਬਜਟ ਸਿੱਧਾ ਪਿੰਡਾਂ ਵਿੱਚ ਗ੍ਰਾਮ ਸਭਾ ਦੀ ਨਿਗਰਾਨੀ ਹੇਠ ਦਿੱਤਾ ਜਾਵੇ। ਨਿੱਜੀ ਹਸਪਤਾਲਾਂ ਅਤੇ ਨਿੱਜੀ ਸਕੂਲਾਂ ਵੱਲੋਂ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਲੁੱਟ ਖਸੁੱਟ ਅਤੇ ਕੋਵਿਡ-19 ਦੇ ਚੱਲਦਿਆਂ ਆਪਣੀਆਂ ਮਾਨਸਿਕ ਜ਼ਿੰਮੇਵਾਰੀਆਂ 'ਤੇ ਭੱਜਣ ਨੂੰ ਦੇਖਦੇ ਹੋਏ ਪੰਜਾਬ ਅਤੇ ਕੇਂਦਰ ਸਰਕਾਰ ਇਹਨਾਂ ਨੂੰ ਆਪਣੇ ਕੰਟਰੋਲ ਹੇਠ ਕਰਨ ਦਾ ਕਾਨੂੰਨ ਪਾਸ ਕਰੇ ਅਤੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਭਾਰੀ ਬਰਸਾਤਾਂ ਅਤੇ ਹੜ੍ਹਾਂ ਨਾਲ ਤਬਾਹ ਹੋਈਆਂ ਫਸਲਾਂ ਦਾ 2018-19 ਅਤੇ 2019-20 ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਇਸ ਮੌਕੇ ਸਤਵਿੰਦਰ ਸਿੰਘ ਚੌਤਾਲਾ, ਜਸਵੀਰ ਸਿੰਘ ਭਿੱਦੀ, ਸੁਖਵਿੰਦਰ ਸਿੰਘ ਸਭਰਾ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਬਚਨ ਸਿੰਘ ਚੱਬਾ ਆਦਿ ਆਗੂ ਮੀਟਿੰਗ ਵਿੱਚ ਮੌਜੂਦ ਸਨ। ਮੈਂ ਸਰਵਣ ਸਿੰਘ ਭਦੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਡੇ ਕੋਲ ਪੂਰੀਆਂ ਰਿਪੋਰਟਾਂ ਆ ਗਈਆਂ ਨੇ। ਅੱਜ 35 ਪਿੰਡਾਂ ਦੇ ਵਿੱਚ ਅਸੀਂ ਜਿਹੜੇ ਆ ਉਹ ਸੋਸ਼ਲ ਡਿਸਟੈਂਸ ਰੱਖ ਕੇ ਵੱਡੇ ਇਕੱਠ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਰੋਸ ਮੁਜ਼ਾਹਰੇ ਕੇਂਦਰ ਅਤੇ ਪੰਜਾਬ ਦੀ ਸਰਕਾਰ ਦੇ ਖਿਲਾਫ਼ ਕੀਤੇ ਆ, ਜਿਹਦੇ ਵਿੱਚ ਮੁੱਖ ਮੰਗ ਹੈ ਵੀ ਸਰਕਾਰ ਦੀ ਜਿਹੜੀ ਸਰਕਾਰ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਵੀ ਅਸੀਂ ਮੰਡੀਆਂ ਦੇ ਵਿੱਚ ਖਰੀਦ ਕਰ ਰਹੇ ਹਾਂ, ਉਹ ਖਰੀਦ ਪੂਰੀ ਤਰ੍ਹਾਂ ਨਹੀਂ ਹੋ ਰਹੀ। ਸੋ ਇਸ ਕਰਕੇ ਜਿਹੜਾ ਉਹਦਾ ਪਾਸ ਦਾ ਸਿਸਟਮ ਆ ਉਹ ਕਾਮਯਾਬ ਨਹੀਂ ਹੋ ਰਿਹਾ ਅਤੇ ਲਗਾਤਾਰ 10-10 ਦਿਨ ਕਈਆਂ ਪਿੰਡਾਂ ਤੋਂ ਵੀਡੀਓ ਵਾਇਰਲ ਹੋਈਆਂ ਨੇ, ਕਿਸਾਨਾਂ ਨੂੰ ਬਹਿਣਾ ਪੈ ਰਿਹਾ। ਸੋ ਸਾਡੇ ਲਾਗੇ ਆ ਕੇ ਸਰਕਾਰ ਵਿਖਦੇ ਪਾਖਰਪੁਰਾ ਮੰਡੀ ਆ, 28-38 ਨੇ, 5 ਪਾਸ ਮਿਲੇ ਆ। ਸੋ ਲਗਾਤਾਰ ਕਣਕ ਜਿਹੜੀ ਆ ਖੇਤਾਂ ਵਿੱਚ ਰੁੜ ਰਹੀ, ਇੱਕ ਬੇਮੌਸਮੀ ਬਾਰਿਸ਼ ਆ। ਦੂਸਰਾ ਜਿਹੜੀ ਪੇਮੈਂਟ ਆ, ਪੇਮੈਂਟ ਵੀ ਨਹੀਂ ਹੋ ਰਹੀ। ਲਿਫਟਿੰਗ ਦੀ ਵੱਡੀ ਸਮੱਸਿਆ ਮੀਡੀਆ 'ਚ ਆ ਰਹੀ, ਲਿਫਟਿੰਗ ਨਾ ਦੇ ਬਰਾਬਰ ਆ, ਨਾ ਕਿਸੇ ਕਿਸਾਨ ਨੂੰ ਜੇ ਫਾਰਮ ਦਿੱਤਾ ਜਾ ਰਿਹਾ ਵਾ। ਸੋ ਇਹਦੇ ਨਾਲ ਸਮੱਸਿਆ ਕਾਫੀ ਨੇ। ਇਹ ਤੋਂ ਗਾਹਾਂ ਜਿਹੜੀ ਰੀਪਰ 'ਤੇ ਪਾਬੰਦੀ ਲਾਈ ਆ, ਇਹਨੂੰ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਰੀਪਰ ਚਲਾਏ ਵੀ ਇਹਦੇ ਗਾਂ ਵੀ ਚਲਾਵਾਂਗੇ। ਸਰਕਾਰ ਨੂੰ ਮੰਗ ਕਰਦੇ ਵੀ ਰੀਪਰਾਂ 'ਤੇ ਪਾਬੰਦੀ, ਸਾਡੇ ਕੋਲ ਤਾਂ ਸਿਆਲ ਐਡਾ ਲੰਮਾ ਮੀਂਹ ਪੈ ਗਿਆ, ਕੋਈ ਤੂੜੀ ਤੰਦ ਹੀ ਨਹੀਂ ਹੈਗਾ। ਸੋ ਹੁਣ ਜੇ ਤੂੜੀ ਮਿਲਣ ਲੱਗੀ ਤਾਂ ਸਰਕਾਰ ਪਾਬੰਦੀ, ਨਾਲੇ ਜੇ ਜਿਹੜੇ AC ਕਮਰਿਆਂ 'ਚ ਬੈਠੇ ਆ, ਜੇ ਉਹਨਾਂ ਨੂੰ ਪਤਾ ਹੋਵੇ ਤਾਂ ਜਿਹੜਾ ਬੰਦਾ ਇੱਕ ਹੀ ਬੰਦਾ ਰੀਪਰ ਚਲਾਉਂਦਾ ਹੁੰਦਾ ਅਤੇ ਉਹ ਸ਼ਾਮਾਂ ਤੱਕ ਪਾਈਆ ਘੱਟਾ ਖਾ ਜਾਂਦਾ, ਇੰਨਾ ਘੱਟਾ ਉੱਡਦਾ ਹੁੰਦਾ। ਸੋ ਇਸ ਕਰਕੇ ਉਹਦੇ ਵਿੱਚ ਖੇਤਾਂ ਵਿੱਚ ਰੀਪਰ ਚੱਲਣਾ, ਉਹਦਾ ਕਿਤੇ ਕਰੋਨਾ ਨਾਲ ਸੋਸ਼ਲ ਡਿਸਟੈਂਸ ਨਾਲ ਕੋਈ ਸੰਬੰਧ ਨਹੀਂ ਹੈਗਾ। ਸੋ ਰੀਪਰ ਨੂੰ ਚੱਲਣ ਦਿੱਤਾ ਜਾਵੇ, ਨਹੀਂ ਤਾਂ ਜਥੇਬੰਦੀ ਇਹਦੇ ਲਈ ਜਿਹੜੀ ਕੁਰਬਾਨੀ ਦੇਵੇ ਇਹਨੂੰ ਚਲਾਊਗੀ। ਸੋ ਇਹਦੇ ਨਾਲ ਨਾਲ ਜਿਹੜਾ ਪਿੰਡਾਂ ਵਿੱਚ ਕਿਸੇ ਕਿਸਮ ਦੀਆਂ ਕੋਈ ਕਿੱਟਾਂ, ਜਿਹੜਾ ਦੂਜਾ ਮੁਜ਼ਾਹਰਾ ਸੀ, ਆਮ ਲੋਕ ਮਰ ਰਹੇ ਆ, ਜਿਹੜੇ ਗਰੀਬ ਗੰਭੀਰ ਬਿਮਾਰੀਆਂ ਨਾਲ ਜਿਹੜੇ ਮਰੀਜ਼ ਆ ਉਹਨਾਂ ਦਾ ਮੰਦਾ ਹਾਲ ਆ। ਕੈਪਟਨ ਸਾਹਿਬ, ਹਜੇ ਤੱਕ ਵੀ ਤੁਹਾਡੀਆਂ ਜਿਹੜੀਆਂ ਪ੍ਰਾਈਵੇਟ ਲੈਬਾਂ ਨੇ ਜਾਂ ਦੂਜੀਆਂ ਉਹ ਨਹੀਂ ਖੁੱਲ੍ਹੀਆਂ, ਜਿੱਥੇ 700 ਰੁਪਈਏ ਦਾ ਅਲਟਰਾਸਾਊਂਡ ਹੁੰਦਾ ਉਹ 1400 ਰੁਪਈਏ ਬਲੈਕ 'ਤੇ ਹਰੇਕ ਚੀਜ਼,
ਆ ਕਈ ਕਿਸਾਨਾਂ ਨੇ ਵੱਡੇ ਕੰਡੇ ਕਰਾਏ ਨੇ, ਜਿਹੜਾ 60 ਰੁਪਈਏ ਕੰਡਾ ਲੱਗਦਾ ਸੀਗਾ ਵੱਡਾ ਟਰਾਲੀ ਤੋਲਣ ਦਾ, 100-100 ਰੁਪਈਆ ਹੁਣ ਲਿਆ ਵਾ ਲੋਕਾਂ ਨੇ ਚੈੱਕ ਕੀਤਾ ਵੀ ਕਿਤੇ ਆੜ੍ਹਤੀਆਂ ਵੱਧ ਨਾ ਤੋਲੇ। ਸੋ ਵੱਡੇ ਪੱਧਰ 'ਤੇ ਲੁੱਟ ਹੋ ਰਹੀ ਆ ਇਹਨਾਂ ਮੰਗਾਂ ਨੂੰ ਲੈ ਕੇ, ਅਤੇ ਗਾਹਾਂ ਹਜੇ ਦੁਕਾਨਾਂ ਸਾਨੂੰ ਪਨੀਰੀ ਬੀਜਣੀ ਆ, ਪਨੀਰੀ ਉਹ ਬੀਜ ਨਹੀਂ ਸਾਨੂੰ ਉਪਲਬਧ ਹੋ ਰਹੇ। ਗਾਂ ਤੁਸੀਂ ਕਹਿੰਦੇ ਹੋ ਵੀ ਅੱਗ ਨਾ ਲਾਈ ਜਾਵੇ, ਨਾੜ ਨੂੰ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਪਰ ਤੁਸੀਂ ਦੱਸੋ ਕੀ ਬਿਜਲੀ ਦੇ ਰਹੇ ਜੇ ਸਾਨੂੰ ਨਾੜ ਗਾਲਣ ਵਾਸਤੇ? ਢਿੰਜਣ ਦਾ ਹਜੇ ਤੱਕ ਕੋਈ ਪ੍ਰਬੰਧ ਨਹੀਂ ਹੈਗਾ। ਸੋ ਇਹ ਤੋਂ ਗਾਹਾਂ ਜਾ ਕੇ ਖਾਦਾਂ ਦਵਾਈਆਂ ਚਾਹੀਦੀਆਂ, ਪਨੀਰੀ ਬੀਜਣੀ ਆ, ਇਹ ਤੋਂ ਗਾਹਾਂ ਜਿਹੜੀਆਂ ਸਪੇਅਰ ਪਾਰਟ ਦੀਆਂ ਦੁਕਾਨਾਂ ਚਾਹੇ ਟਰੈਕਟਰ ਦੀ ਆ, ਚਾਹੇ ਰੀਪਰਾਂ ਦੀ ਆ, ਚਾਹੇ ਕੰਬਾਈਨ ਨਾਲ ਸੰਬੰਧਿਤ ਆ, ਇਹਨਾਂ ਨੂੰ ਖੋਲ੍ਹਿਆ ਜਾਵੇ। ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਇਹਦੇ ਵਿੱਚ ਖਾਸ ਕਰਕੇ ਜਿਹੜਾ ਕਰੋਨਾ ਦੇ ਵਿੱਚ, ਵੇਖੋ ਕਹਿੰਦੇ ਕਰੋਨਾ ਦੀ ਇਹ 'ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਪਰ ਸਰਕਾਰ ਜਿਹੜਾ ਵਾ APMC ਐਕਟ ਲਾਗੂ ਕਰਕੇ, ਜਿਹਦੇ ਲਈ ਕੈਪਟਨ ਸਰਕਾਰ ਨੇ ਵੀ ਵਿਰੋਧ ਕੀਤਾ ਸੀ ਅਤੇ ਅਕਾਲੀ ਦਲ ਨੇ ਵੀ ਵਿਰੋਧ ਕੀਤਾ ਸੀ ਵੀ ਸੈਂਟਰ ਧੱਕਾ ਕਰ ਰਹੀ ਆ। ਸੋ ਐਕਟ ਲਾਗੂ ਕਰਕੇ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਜਿਹੜਾ ਵਾ ਉਹ ਫੈਸਲਾ ਕਰ ਲਿਆ, ਇਹਦਾ ਅਸੀਂ ਰੱਜ ਕੇ ਵਿਰੋਧ ਕਰ ਰਹੇ ਹਾਂ। ਅੱਜ ਦੀ ਮੰਗ ਵਿੱਚ ਇੱਕ ਨੰਬਰ ਦੀ ਮੰਗ ਸਾਡੀ ਹੈ ਵੀ ਖੇਤੀ ਨੂੰ ਨਿੱਜੀ ਹੱਥਾਂ ਵਿੱਚ ਨਾ ਦਿੱਤਾ ਜਾਵੇ, ਅਸੀਂ ਨਹੀਂ ਤਾਂ ਇਹਦਾ ਵਿਰੋਧ ਹੋਰ ਜ਼ੋਰਦਾਰ ਕਰਾਂਗੇ। ਇਹ ਤੋਂ ਗਾਂਹ ਜਿਹੜਾ ਪਾਵਰਕੌਮ ਦੇ ਵਿੱਚ, ਪਾਵਰਕੌਮ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਕੇਂਦਰ ਨੇ ਵੱਧ ਸ਼ਕਤੀਆਂ ਆਪਣੇ ਹੱਥ ਵਿੱਚ ਕਰ ਲਈ, ਜਿਹੜਾ ਐਕਟ ਲਿਆਂਦਾ ਜਾ ਰਿਹਾ ਸੀ ਉਹਦਾ ਵੀ ਵਿਰੋਧ ਕਰ ਰਹੇ ਹਾਂ। ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਦਾ ਜਿਹੜਾ ਹੀ ਆਪਾਂ ਰੋਸ ਮੁਜ਼ਾਹਰਾ ਪਿੰਡ ਪੱਧਰੀ ਕਰ ਰਹੇ ਹਾਂ। ਧੰਨਵਾਦ।